एक्स फौजी हैगा इहदा दिन दिहाड़े मर्डर करता सीगा। पहला आ करके इहने दी स्कूटी दे उत्ते अपनी गड्डी दे नाल टक्कर मारी, जदों इह डिग पिया फिर तेज धार हथियारां दे नाल उहनूं मार करके वार कीते सीगे। इहनां दी लोकेशन जिहड़ी हैगी है ਉਹ ਸ਼ਿਮਲੇ ਦੀ ਆ ਰਹੀ ਹੈਗੀ ਹੈ ਅਤੇ ਐਸ ਐਚ ਓ ਸਾਹਿਬ ਆਪਣੀ ਟੀਮ ਦੇ ਨਾਲ ਰਾਤੀ ਰਾਤਾਂ ਉੱਥੇ ਪਹੁੰਚ ਕਰਕੇ ਇਹਨਾਂ ਨੇ ਉੱਥੇ ਚਾਰ ਬੰਦੇ ਜਿਹੜੇ ਹੈਗੇ ਨੇ ਸ਼ੱਕ ਦੀ ਬਿਨਾਂ 'ਤੇ ਉੱਥੋਂ ਐਪਰੀਹੈਂਡ ਕੀਤੇ। ਜਦੋਂ ਉੱਥੇ ਲਿਆ ਕਰਕੇ ਇਹਨਾਂ ਦੀ ਪੁੱਛਗਿੱਛ ਕੀਤੀ ਹੈਗੀ ਹੈ ਅਤੇ ਇਹ ਕਨਫਰਮ ਹੋ ਗਿਆ ਕਿ ਇਹ ਜਿਹੜਾ ਮਰਡਰ ਹੈਗਾ ਇਹਨਾਂ ਦੇ ਬੇਟੇ ਨੇ ਹੀ ਕਰਵਾਇਆ ਸੀਗਾ। ਇਹ ਇੱਥੇ ਹਰ ਵਾਰੀ ਆਉਂਦਾ ਸੀਗਾ, ਜੋ ਇਹਨਾਂ ਦੀ ਪ੍ਰੋਪਰਟੀ 3 ਕਿੱਲ ਹੈਗੀ ਹੈ ਉਹਦਾ ਹਿੱਸਾ ਲੈਣ ਵਾਸਤੇ ਆਉਂਦਾ ਸੀਗਾ, ਉਹਦੀ ਠੇਕਾ ਲੈਣ ਵਾਸਤੇ ਆਉਂਦਾ ਸੀਗਾ, ਔਰ ਹਮੇਸ਼ਾ ਇਹਦੇ ਫਾਦਰ ਦੇ ਨਾਲ ਇਹਦਾ ਡਿਸਪਿਊਟ ਰਹਿੰਦਾ ਸੀ। ਉਹਦੀ ਵਜ੍ਹਾ ਰੰਜਿਸ਼ ਕਰਕੇ ਔਰ ਕਿਉਂਕਿ ਨਸ਼ੇ ਦਾ ਆਦੀ ਸੀਗਾ ਇਸ ਕਰਕੇ ਇਹਨੇ ਆਪਣੇ ਸਾਥੀਆਂ ਦੇ ਨਾਲ ਮਿਲ ਕਰਕੇ ਆਪਣੇ ਫਾਦਰ ਦੀ ਹੱਤਿਆ ਕਰਤੀ। ਦਿਨ ਦੇ 2:30 ਵਜੇ ਦੇ ਕਰੀਬ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਕੁਛ ਅਣਪਛਾਤੇ ਬੰਦਿਆਂ ਨੇ ਬੂਟਾ ਸਿੰਘ ਨਾਮ ਦਾ ਜਿਹੜਾ ਮਾਸਟਰ ਹੈਗਾ ਐਕਸ ਫੌਜੀ ਹੈਗਾ ਇਹਦਾ ਦਿਨ ਦਿਹਾੜੇ ਮਰਡਰ ਕਰਤਾ ਸੀਗਾ ਤੇਜ਼ ਧਾਰ ਹਥਿਆਰਾਂ ਦੇ ਨਾਲ ਮਾਰ ਕਰਕੇ। ਜਦੋਂ ਆਪਾਂ ਇਹਨੂੰ ਫਰਦਰ ਵੈਰੀਫਾਈ ਕੀਤਾ ਤੇ ਇੱਕ ਇਕਬਾਲ ਸਿੰਘ ਜਿਹੜੇ ਇਹਨਾਂ ਦੇ ਸ਼ਰੀਕੇ 'ਚ ਲੱਗਦੇ ਹੈਗੇ ਨੇ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜਾ ਬੰਦੇ ਇੱਥੇ ਆਏ ਸੀਗੇ ਸਵਿਫਟ ਕਾਰ ਦੇ ਉੱਤੇ ਉਹਨਾਂ ਵਿੱਚ ਇੱਕ ਤਾਂ ਇਹਨਾਂ ਦਾ ਬੇਟਾ ਸੀਗਾ ਜਿਹਦਾ ਨਾਂ ਹੈਗਾ ਹਰਪ੍ਰੀਤ ਸਿੰਘ ਔਰ ਹੈਪੀ, ਔਰ ਬਾਕੀ ਜਿਹੜੇ ਬੰਦੇ ਹੈਗੇ ਅਣਪਛਾਤੇ ਹੈਗੇ ਨੇ ਜਿਨ੍ਹਾਂ ਨੇ ਪਹਿਲਾਂ ਆ ਕਰਕੇ ਇਹਨਾਂ ਦੀ ਸਕੂਟੀ ਦੇ ਉੱਤੇ ਆਪਣੀ ਗੱਡੀ ਦੇ ਨਾਲ ਟੱਕਰ ਮਾਰੀ, ਜਦੋਂ ਇਹ ਡਿੱਗ ਪਿਆ ਫਿਰ ਤੇਜ਼ ਧਾਰ ਹਥਿਆਰਾਂ ਦੇ ਨਾਲ ਉਹਨੂੰ ਮਾਰ ਕਰਕੇ ਉਹਨੂੰ ਮਤਲਬ ਜਾਨ ਤੋਂ ਮਾਰਨ ਦੀ ਨੀਅਤ ਨਾਲ ਵਾਰ ਕੀਤੇ ਸੀਗੇ। ਮੌਕੇ 'ਤੇ ਐਸ ਐਚ ਓ ਸਾਹਿਬ ਨੇ ਪਹੁੰਚ ਕਰਕੇ ਨਾਲ ਦੇ ਬੰਦਿਆਂ ਨੂੰ ਲੈ ਕਰਕੇ ਇਹਨੂੰ ਹੋਸਪਿਟਲ ਸ਼ਿਫਟ ਕਰਵਾਇਆ, ਔਰ ਹੋਸਪਿਟਲ ਸ਼ਿਫਟ ਕਰਾਉਂਦੇ ਦੌਰ ਵਿੱਚ ਇਹਨਾਂ ਦੇ ਹੀ ਜਿਹੜੇ ਨਾਲ ਦੇ ਬੰਦੇ ਸੀਗੇ ਉਹਨਾਂ ਨੇ ਇੱਕ ਵੀਡੀਓ ਬਣਾਈ ਜਿਹਦੇ 'ਚ ਉਹਦੇ ਕੋਲੋਂ ਪੁੱਛਦੇ ਹੋਏ ਸੀ ਕਿ ਵੀ ਇਹ ਬੰਦਾ ਕਿਹੜਾ ਸੀਗਾ ਜਿਹਨੇ ਮਾਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਤਾਂ ਉਹਨੇ ਜੋ ਉਹਦੀ ਲਿਪਸ ਰੀਡਿੰਗ ਹੈਗੀ ਉਹ ਇਹੀ ਕਹਿੰਦੀਆਂ ਹੈਗੀਆਂ ਨੇ ਕਿ ਹਾਂ ਆਪਣੇ ਬੇਟੇ ਦੀ ਤਰਫ ਇਸ਼ਾਰਾ ਕਰ ਰਿਹਾ ਕਿ ਉਹਦੇ ਨਾਲ ਉਹਦਾ ਰੌਲਾ ਚੱਲਦਾ ਹੈਗਾ, ਔਰ ਉਹਨੇ ਹੀ ਇਹਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਵਾਇਆ ਹੈਗਾ। ਅਤੇ ਤਫਤੀਸ਼ ਦੌਰਾਨ ਕਾਫੀ ਟੀਮਾਂ ਆਪਾਂ ਵੱਖਰੀ ਵੱਖਰੀ ਬਣਾਈਆਂ ਸੀਗੀਆਂ, CCTV ਕੈਮਰੇ ਚੈੱਕ ਕੀਤੇ, ਜਿਹੜੀ ਸਵਿਫਟ ਕਾਰ ਸੀਗੀ ਉਹਨੂੰ ਆਪਾਂ ਆਈਡੈਂਟੀਫਾਈ ਕੀਤਾ, ਔਰ ਅੱਗੇ ਫਰਦਰ ਕਾਰਵਾਈ ਕਰਦਿਆਂ ਹੋਇਆਂ ਟੈਕਨੀਕਲ ਐਨਾਲਿਸਿਸ ਕਰਦਿਆਂ ਹੋਇਆਂ ਸਾਨੂੰ ਪਤਾ ਲੱਗਾ ਕਿ ਇਹਨਾਂ ਦੀ ਲੋਕੇਸ਼ਨ ਜਿਹੜੀ ਹੈਗੀ ਹੈ ਉਹ ਸ਼ਿਮਲੇ ਦੀ ਆ ਰਹੀ ਹੈਗੀ ਹੈ। ਅਤੇ SHO ਸਾਹਿਬ ਆਪਣੀ ਟੀਮ ਦੇ ਨਾਲ ਰਾਤੀ ਰਾਤਾਂ ਉੱਥੇ ਪਹੁੰਚ ਕਰਕੇ ਇਹਨਾਂ ਨੇ ਉੱਥੇ ਚਾਰ ਬੰਦੇ ਜਿਹੜੇ ਹੈਗੇ ਨੇ ਸ਼ੱਕ ਦੀ ਬਿਨਾਂ 'ਤੇ ਉੱਥੋਂ ਐਪਰੀਹੈਂਡ ਕੀਤੇ, ਜਦੋਂ ਉੱਥੇ ਲਿਆ ਕਰਕੇ ਇਹਨਾਂ ਦੀ ਪੁੱਛਗਿੱਛ ਕੀਤੀ ਹੈਗੀ ਹੈ ਅਤੇ ਇਹ ਕਨਫਰਮ ਹੋ ਗਿਆ ਕਿ ਇਹ ਜਿਹੜਾ ਮਰਡਰ ਹੈਗਾ ਇਹਨਾਂ ਦੇ ਬੇਟੇ ਨੇ ਹੀ ਕਰਵਾਇਆ ਸੀਗਾ। ਵਜ੍ਹਾ ਰੰਜਿਸ਼ ਇਹ ਹੈਗੀ ਕਿ 6-8 ਸਾਲਾਂ ਤੋਂ ਇਹ ਆਪਣਾ ਵੱਖਰੇ ਤੌਰ 'ਤੇ ਆਪਣੀ ਮਾਂ ਦੇ ਨਾਲ ਫਰੀਦਕੋਟ ਰਹਿੰਦਾ ਸੀ ਕਿ ਮਾਂ ਦੀ ਡੈਥ ਜਿਹੜੀ ਹੈਗੀ 2 ਸਾਲ ਪਹਿਲਾਂ ਹੋ ਗਈ ਸੀ। ਇਹ ਇੱਥੇ ਹਰ ਵਾਰੀ ਆਉਂਦਾ ਸੀਗਾ, ਜੋ ਇਹਨਾਂ ਦੀ ਪ੍ਰੋਪਰਟੀ 3 ਕਿੱਲ ਹੈਗੀ ਹੈ ਉਹਦਾ ਹਿੱਸਾ ਲੈਣ ਵਾਸਤੇ ਆਉਂਦਾ ਸੀਗਾ, ਉਹਦੀ ਠੇਕਾ ਲੈਣ ਵਾਸਤੇ ਆਉਂਦਾ ਸੀਗਾ, ਔਰ ਹਮੇਸ਼ਾ ਇਹਦੇ ਫਾਦਰ ਦੇ ਨਾਲ ਇਹਦਾ ਡਿਸਪਿਊਟ ਰਹਿੰਦਾ ਸੀ। ਉਹਦੀ ਵਜ੍ਹਾ ਰੰਜਿਸ਼ ਕਰਕੇ ਔਰ ਕਿਉਂਕਿ ਨਸ਼ੇ ਦਾ ਆਦੀ ਸੀਗਾ ਇਸ ਕਰਕੇ ਇਹਨੇ ਆਪਣੇ ਸਾਥੀਆਂ ਦੇ ਨਾਲ ਮਿਲ ਕਰਕੇ ਆਪਣੇ ਫਾਦਰ ਦੀ ਹੱਤਿਆ ਕਰਤੀ, ਔਰ ਹੁਣ ਇਹ ਬੰਦੇ ਆਪਾਂ ਚਾਰੋਂ ਗ੍ਰਿਫਤਾਰ ਕਰ ਲਏ ਨੇ। ਇਹਨਾਂ ਦੇ 2 ਦਿਨ ਦਾ ਰਿਮਾਂਡ ਵੀ ਲੈ ਲਿਆ ਹੈਗਾ। ਜਿਹੜੀ ਕਾਰ ਸੀਗੀ ਜਿਹੜੀ ਯੂਜ਼ ਹੋਈ ਸੀ ਉਹ ਸਾਨੂੰ ਰਿਕਵਰ ਹੋ ਗਈ ਹੈ, ਜਿਹੜੇ ਹਥਿਆਰ ਇਹਨਾਂ ਨੇ ਇਸਤੇਮਾਲ ਕੀਤੇ ਹੈਗੇ ਨੇ ਉਹ ਫਰਦਰ ਹੁਣ ਇਹਨਾਂ ਦੀ ਪੁੱਛਗਿੱਛ 'ਚ ਆਪਾਂ ਰਿਕਵਰ ਕਰਾਂਗੇ। ਹੁਣ ਉਹਦੀ ਫਰਦਰ ਵੈਰੀਫਿਕੇਸ਼ਨ ਆਪਾਂ ਕਰ ਰਹੇ ਹੈਗੇ ਹਾਂ, ਜੋ ਤਫਤੀਸ਼ ਵਿੱਚ ਆਪਾਂ ਉਸ ਚੀਜ਼ ਨੂੰ ਲੈ ਕੇ ਹਾਂਜੀ ਨਹੀਂ ਇਹਨਾਂ ਦੇ ਕ੍ਰਿਮੀਨਲ ਰਿਕਾਰਡ ਜਿਹੜਾ ਹੈਗਾ ਹਜੇ ਤੱਕ ਬਿਲਕੁਲ ਕਲੀਨ ਆਇਆ ਹੈਗਾ। ਬਾਕੀ ਕੰਸਰਨ ਥਾਣੇ ਦੇ ਨਾਲ ਆਪਾਂ ਰਾਬਤਾ ਕਰ ਰਹੇ ਹੈਗੇ ਹਾਂ। ਇਹਨਾਂ ਤੋਂ ਇਸ ਤੋਂ ਇਲਾਵਾ ਹਜੇ ਤੱਕ ਕੋਈ ਪਰਚਾ ਸਾਹਮਣੇ ਨਹੀਂ ਆਇਆ। ਹਥਿਆਰ ਜਿਹੜੇ ਕਾਪੇ ਇਹਨਾਂ ਨੇ ਇਸਤੇਮਾਲ ਕੀਤੇ ਹੈਗੇ ਨੇ ਹਜੇ ਉਹ ਰਿਕਵਰ ਕਰਨੇ ਰਹਿੰਦੇ ਹੈਗੇ ਨੇ। ਜਦੋਂ ਉਹ ਰਿਕਵਰ ਹੋ ਜਾਣਗੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਕਲੀਅਰਲੀ ਦੱਸ ਸਕਾਂਗੇ ਕਿ ਉਹ ਕਾਪੇ ਸੀਗੇ ਜਾਂ ਹੋਰ ਕੋਈ ਤਲਵਾਰ ਵਗੈਰਾ ਸੀਗੀ। ਨਹੀਂ ਜੀ ਇਹ ਚਾਰੇ ਬੰਦੇ ਜਿਹੜੇ ਹੈਗੇ ਨੇ, ਮੁੰਡਾ ਐਕਚੁਅਲੀ ਮੌਕੇ 'ਤੇ ਉਹ ਬਾਹਰ ਨਹੀਂ ਆਇਆ, ਉਹ ਲੈ ਕਰਕੇ ਆਇਆ ਸੀਗਾ ਨਾਲ ਉਹ ਜਿਹੜੇ 3 ਸਾਥੀ ਹੈਗੇ ਨੇ ਉਹਨਾਂ ਨੇ ਮਿਲ ਕਰਕੇ ਜਿਹੜਾ ਹੈਗਾ ਇਹਦਾ ਇਹਦੀ ਹੱਤਿਆ ਕੀਤੀ। ਕਾਰ ਡਰਾਈਵ ਕੌਣ ਕਰ ਰਿਹਾ ਸੀ? ਮੁੰਡਾ ਕਾਰ ਡਰਾਈਵ ਕਰ ਰਿਹਾ ਸੀ। ਹਾਂਜੀ ਪਹਿਲਾਂ ਉਹਨਾਂ ਨੇ ਨਾਲ ਦੇ 3 ਮੁੰਡਿਆਂ ਨੇ ਅਟੈਕ ਕੀਤਾ, ਫਿਰ ਉਸ ਤੋਂ ਬਾਅਦ ਬਾਅਦ ਵਿੱਚ ਉਤਰ ਕੇ ਇਹਨੇ ਵਾਰ ਕੀਤਾ ਹੈ। ਸਰ ਮੁਝੇ ਵੀ ਗੱਲ ਸਮਝ ਆ ਰਹੀ ਸਰ, ਜਿਹੜੀ ਉਹਦੀ ਮਾਂ ਦਾ ਮਰਡਰ ਹੋਇਆ ਸੀ ਸਰ 2 ਸਾਲ ਪਹਿਲਾਂ, ਮਤਲਬ ਮਿਸਿੰਗ ਸੀ ਸਰ, ਸ਼ੀ ਵਾਸ ਮਿਸਿੰਗ, ਉਹ ਵੀ ਸਰ ਇਹਨੇ ਕੋਈ ਧੱਕਾ ਦੇ ਕੇ ਸਰ ਨੈਟ ਕੀਤਾ ਸੀ ਸਰ? ਹੁਣ ਉਹਦੀ ਵੈਰੀਫਿਕੇਸ਼ਨ ਆਪਾਂ ਫਰਦਰ ਕਰ ਲੈਂਦੇ ਹੈਗੇ ਹਾਂ, ਹਜੇ ਬੰਦੇ ਲੈ ਕੇ ਆਉਂਦੇ ਉਹਨਾਂ ਦਾ ਰਿਮਾਂਡ ਲਿਆ ਹੈਗਾ, ਆਪਾਂ ਫਰਦਰ ਵੈਰੀਫਿਕੇਸ਼ਨ ਆਪਾਂ ਕਰ ਰਹੇ ਹੈਗੇ ਹਾਂ।